ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ। ਚੈਨਲ ਪੰਜਾਬ ਵੈਦਰ ਯਾਨੀ ਕਿ ਪੰਜਾਬ ਦਾ ਮੌਸਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅਤੇ ਅੱਜ ਮੌਸਮ ਦੀ ਜਿਹੜੀ ਨਵੀਂ ਜਾਣਕਾਰੀ ਆ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ। ਅਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 21 ਤੋਂ ਲੈ ਕੇ 30 ਜਨਵਰੀ ਤੱਕ ਵੀ ਇਹਨਾਂ ਜਿਹੜਾ 10 ਦਿਨਾਂ ਦਾ ਸਮਾਂ ਹੈ ਇਹਦੇ ਵਿੱਚ ਮੌਸਮ ਸੰਬੰਧੀ ਕੀ ਕੀ ਹਲਚਲਾਂ ਆਉਣ ਵਾਲੀਆਂ ਨੇ ਅਤੇ ਕੀ ਨਵੀਂ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਨਾਂ 10 ਦਿਨਾਂ ਦੌਰਾਨ 1-2 ਦਿਨਾਂ ਵਿੱਚ ਜਿਹੜੇ ਕਾਫੀ ਚੰਗਾ ਤਕੜਾ ਮੀਂਹ ਪੈਣ ਦੇ ਜਿਹੜੇ ਆਸਾਰ ਨੇ ਸਾਹਮਣੇ ਆ ਰਹੇ ਨੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਦਿਨ ਮੀਂਹ ਪੈਣ ਦੇ ਆਸਾਰ ਨੇ ਅਤੇ ਬਾਕੀ ਹੋਰ ਜਿਹੜੀ ਮੌਸਮ ਸੰਬੰਧੀ ਹਲਚਲ ਆ ਉਹ ਸਾਂਝੀ ਕਰਾਂਗੇ। ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਜੇ ਤਾਂ ਜਿਹੜੀ ਜਾਣਕਾਰੀ ਆ ਸਾਰੀ ਤੁਹਾਡੇ ਤੱਕ ਸਹੀ ਰੂਪ ਵਿੱਚ ਪਹੁੰਚ ਸਕੇ ਅਤੇ ਨਾਲ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਕਰਨਾ ਸਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਵੀ ਵੀਡੀਓ ਤੁਹਾਨੂੰ ਜਾਣਕਾਰੀ ਪਸੰਦ ਆਈ ਹੈ ਅਤੇ ਆਪਾਂ ਅੱਗੇ ਵੀ ਹੋਰ ਇਸ ਤਰ੍ਹਾਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਅਤੇ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਮੌਸਮ ਦੀ, ਸ਼ੁਰੂਆਤ ਕਰਦੇ ਹਾਂ 21 ਜਨਵਰੀ ਤੋਂ। 21 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਦਾ ਮੌਸਮ ਹੈ ਤਕਰੀਬਨ ਸਾਫ਼ ਰਹਿਣ ਵਾਲਾ ਹੈ, ਕਿਸੇ ਵੀ ਤਰ੍ਹਾਂ ਦੇ ਮੀਂਹ ਦੇ ਹਾਲਾਤ ਨਹੀਂ ਹਨ, ਹਾਲਾਂਕਿ ਬੱਦਲਬਾਜ਼ੀ ਜਿਹੜੀ ਟੁੱਟਵੇਂ ਰੂਪ ਵਿੱਚ ਜ਼ਰੂਰ ਕਈ ਸਥਾਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਅਤੇ 21 ਤੋਂ ਜੇ 25 ਤੱਕ ਆਪਾਂ ਸੰਖੇਪ ਵਿੱਚ ਕਹੀਏ ਤਾਂ 21, 22, 23 ਅਤੇ 24, 25 ਇਹਨਾਂ ਦਿਨਾਂ ਵਿੱਚ ਜਿਹੜਾ ਮੌਸਮ ਹੈ ਤਕਰੀਬਨ ਮੀਂਹ ਰਹਿਤ ਰਹੇਗਾ, ਹਾਲਾਂਕਿ 1-2 ਦਿਨਾਂ ਵਿੱਚ ਜਿਹੜੀ ਬੱਦਲਬਾਜ਼ੀ ਜ਼ਰੂਰ ਬਣ ਸਕਦੀ ਹੈ ਕਿਉਂਕਿ ਜਿਹੜੇ ਹਲਕੇ ਛੋਟੇ ਪੱਛਮੀ ਸਿਸਟਮ ਨੇ ਉਹ ਲਗਾਤਾਰ ਪਹਾੜੀ ਇਲਾਕਿਆਂ ਉੱਤੇ ਆ ਰਹੇ ਨੇ ਅਤੇ ਜਿਸ ਦੇ ਪ੍ਰਭਾਵ ਜੋ ਪੰਜਾਬ ਵਿੱਚ ਲਗਾਤਾਰ ਠੰਡ ਵੀ ਇਸ ਤਰ੍ਹਾਂ ਬਣੀ ਰਹੇਗੀ, ਹਵਾਵਾਂ ਦੀ ਗਤੀ ਵੀ ਪੱਛਮ ਤੋਂ ਚੱਲਦੀ ਰਹੇਗੀ ਜਿਸ ਕਾਰਨ ਜਿਹੜਾ ਤਾਪਮਾਨ ਆ ਉਹ ਵੀ ਤਕਰੀਬਨ ਥੋੜ੍ਹਾ ਡਾਊਨ ਹੀ ਰਹੇਗਾ ਅਤੇ ਦਿਨ ਦੇ ਸਮੇਂ ਜਿਹੜੀ ਚੰਗੀ ਧੁੱਪ ਕਈ ਇਲਾਕਿਆਂ ਵਿੱਚ ਨਿਕਲਣ ਨਾਲ ਜਿਹੜਾ ਘੱਟੋ ਘੱਟ ਤਾਪਮਾਨ ਆ ਉਹਦੇ ਵਿੱਚ 2-3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ 25-26 ਜਨਵਰੀ ਦੀ, 26 ਅਤੇ 27 ਜਨਵਰੀ ਜਿਹੜਾ ਮੌਸਮ ਹੈ ਤਕਰੀਬਨ ਥੋੜ੍ਹਾ ਜਿਹਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕਈ ਇਲਾਕਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਬੱਦਲਬਾਜ਼ੀ ਦੇਖੀ ਜਾ ਸਕਦੀ ਹੈ ਅਤੇ ਨਾਲ ਨਾਲ ਤੇਜ਼ ਹਵਾਵਾਂ ਜਿਹੜੀਆਂ ਹੋਣਗੀਆਂ ਪੱਛਮੀ ਦਿਸ਼ਾ ਤੋਂ ਚੱਲ ਸਕਦੀਆਂ ਨੇ। ਤੇਜ਼ ਦਾ ਮਤਲਬ ਬਹੁਤ ਤੇਜ਼ ਨਹੀਂ ਹੋਣਗੀਆਂ, ਦਰਮਿਆਨੇ ਰੂਪ ਤੱਕ ਰਹਿ ਸਕਦੀਆਂ ਜਿਨ੍ਹਾਂ ਦੀ ਗਤੀ 5 ਤੋਂ ਲੈ ਕੇ 20-25 ਕਿਲੋਮੀਟਰ ਤੱਕ ਹੋ ਸਕਦੀ ਹੈ ਕਈ ਇਲਾਕਿਆਂ ਵਿੱਚ। ਅਤੇ ਉਸ ਤੋਂ ਬਾਅਦ ਜਿਹੜਾ ਇੱਕ ਇਹਨਾਂ ਦਿਨਾਂ ਵਿੱਚ ਸਰਗਰਮ ਜਿਹੜਾ ਮੌਸਮ ਦੀ ਅਪਡੇਟ ਆ ਰਹੀ ਹੈ ਉਹ ਆ ਰਹੀ ਹੈ 27 ਤੋਂ ਲੈ ਕੇ 29 ਜਨਵਰੀ ਤੱਕ, ਵੀ ਇਹਨਾਂ 2-3 ਦਿਨ ਹਨ ਲਗਭਗ 27, 28 ਅਤੇ 29 ਜਨਵਰੀ ਇਹਨਾਂ ਦਿਨਾਂ ਵਿੱਚ ਇੱਕ ਕਾਫੀ ਤਕੜਾ ਪੱਛਮੀ ਸਿਸਟਮ ਹੈ ਜਿਹੜਾ ਫਿਰ ਤੋਂ ਪਹਾੜੀ ਇਲਾਕਿਆਂ ਉੱਤੇ ਆ ਰਿਹਾ ਹੈ ਜਿਹੜਾ ਕਿ 27 ਜਨਵਰੀ ਦੇ ਲਗਭਗ ਜੰਮੂ ਕਸ਼ਮੀਰ ਦੇ ਇਲਾਕਿਆਂ ਉੱਤੇ ਪਹੁੰਚ ਜਾਵੇਗਾ। ਅਤੇ ਉਸ ਤੋਂ ਬਾਅਦ ਉਸ ਸਿਸਟਮ ਦਾ ਜਿਹੜਾ ਪ੍ਰਭਾਵ ਆ ਪੰਜਾਬ ਦੇ ਇਲਾਕਿਆਂ ਉੱਪਰ 28 ਜਨਵਰੀ ਤੋਂ ਦੇਖਣ ਨੂੰ ਮਿਲੇਗਾ। ਜਿਹੜਾ ਉਹ ਸਿਸਟਮ ਪਹੁੰਚ ਰਿਹਾ ਉਹਦੀ ਤਸਵੀਰ ਤੁਸੀਂ ਇਸ ਸਮੇਂ ਸਕਰੀਨ ਉੱਤੇ ਦੇਖ ਸਕਦੇ ਹੋ, ਜਿਹੜਾ ਕਿ ਕਾਫੀ ਇੰਟੈਂਸ ਜਿਹੜਾ ਪੱਛਮੀ ਸਿਸਟਮ ਹੋ ਸਕਦਾ ਹੈ, ਭਾਵ ਕਿ ਕਈ ਇਲਾਕਿਆਂ ਵਿੱਚ ਕਾਫੀ ਚੰਗੀ ਵਰਖਾ ਕਰ ਸਕਦਾ ਹੈ ਜਿਸ ਤਰ੍ਹਾਂ 13 ਜਨਵਰੀ ਨੂੰ ਹੋਈ ਸੀ। ਇਹ ਉਸੇ ਤਰ੍ਹਾਂ ਦਾ ਜਿਹੜਾ ਸਿਸਟਮ ਬਣਨ ਦੀ ਉਮੀਦ ਹੈ ਕਿਉਂਕਿ ਜਿਹੜੇ ਹੁਣ ਤੱਕ ਦੇ ਆਸਾਰ ਨੇ। ਅਤੇ ਪੰਜਾਬ ਦੇ ਤਕਰੀਬਨ ਕਹੀ ਆਪਾਂ ਵੀ 70 ਤੋਂ ਲੈ ਕੇ 80% ਜਿਹੜੇ ਇਲਾਕੇ ਹੋਣਗੇ ਉਹ ਇਸ ਸਿਸਟਮ ਦੇ ਕਵਰ ਹੇਠ ਆਉਣਗੇ। ਅਤੇ ਇਸੇ ਤਰ੍ਹਾਂ ਜਿਹੜੀ ਬਰਸਾਤ ਉਹ ਲਗਭਗ 28 ਜਨਵਰੀ ਦੁਪਹਿਰ ਤੋਂ ਲੈ ਕੇ 29 ਜਨਵਰੀ ਦੁਪਹਿਰ ਸ਼ਾਮ ਤੱਕ ਜਿਹੜੀ ਇਸੇ ਤਰ੍ਹਾਂ ਰੁਕ ਰੁਕ ਕੇ ਕਹਿ ਸਕਦੇ ਆਪਾਂ ਵੀ ਹਲਕੀ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਬਰਸਾਤ ਹੋ ਸਕਦੀ ਹੈ। ਅਤੇ ਕਈ ਇਲਾਕਿਆਂ ਵਿੱਚ ਜਿਹੜੇ ਤੇਜ਼ ਬਾਰਿਸ਼ ਦੇ ਛੋਟੇ ਸਪੈਲ ਹੁੰਦੇ ਹਨ ਜਿਵੇਂ ਛੋਟੇ ਸਮੇਂ ਲਈ ਕਹਿ ਸਕਦੇ ਹਾਂ ਉਹ ਵੀ ਲੱਗ ਸਕਦੇ ਨੇ ਅਤੇ ਜਿਵੇਂ ਕਈ ਇਲਾਕਿਆਂ ਵਿੱਚ ਚੰਗੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ। ਇਸ ਸਿਸਟਮ ਦੇ ਸੰਬੰਧੀ ਜਿਹੜੀ ਜ਼ਿਲ੍ਹੇ ਵਾਈਜ਼ ਜਾਣਕਾਰੀ ਆ ਉਹ ਆਉਣ ਵਾਲੇ ਆਪਾਂ 2-3 ਦਿਨਾਂ ਤੱਕ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹਜੇ ਹੀ ਆਪਾਂ ਤਕਰੀਬਨ 8-10 ਦਿਨ ਇਹ ਸਿਸਟਮ ਵਿੱਚ ਬਾਕੀ ਹਨ ਤਾਂ ਇਹਦੇ ਵਿੱਚ ਬਦਲਾਅ ਜ਼ਰੂਰ ਆਵੇਗਾ। ਇਹ ਸਿਸਟਮ ਹੋਰ ਜੇ ਤਕੜਾ ਵੀ ਹੋ ਸਕਦਾ ਹੈ ਅਤੇ ਜਾਂ ਫਿਰ ਇਹਨੂੰ ਹਲਕਾ ਵੀ ਕਮਜ਼ੋਰ ਵੀ ਪੈ ਸਕਦਾ ਹੈ। ਸੋ ਇਸ ਸੰਬੰਧੀ ਜਿਹੜੀ ਨਵੀਂ ਜਾਣਕਾਰੀ ਅਪਡੇਟ ਆਵੇਗੀ ਉਹ ਆਉਣ ਵਾਲੇ ਦਿਨਾਂ ਵਿੱਚ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸਮੇਂ ਤੋਂ ਪਹਿਲਾਂ ਜਾਣਕਾਰੀ ਦੇਣ ਦਾ ਆਪਣਾ ਮਕਸਦ ਇਹੀ ਹੁੰਦਾ ਹੈ ਕਿ ਜੀ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਵੀਰ ਨੇ ਤਾਂ ਉਹ ਫਸਲਾਂ ਸੰਬੰਧੀ ਸਪਰੇਅ ਵਗੈਰਾ ਜਾਂ ਹੋਰ ਕਾਰਵਾਈਆਂ ਜੋ ਉਹਨਾਂ ਦੇ ਕੰਮ ਹੁੰਦੇ ਹਨ ਤਾਂ ਉਹ ਮੀਂਹ ਨੂੰ ਮੱਦੇਨਜ਼ਰ ਰੱਖੇ ਉਹ ਪਹਿਲਾਂ ਕਰ ਸਕਦੇ ਨੇ। ਅਤੇ ਬਾਕੀ ਜਿਹੜੀ ਮੌਸਮ ਦੀ ਲਗਾਤਾਰ ਅਪਡੇਟ ਹੋਊਗੀ ਉਹ ਆਪਾਂ ਤੁਹਾਡੇ ਨਾਲ ਸਮੇਂ ਸਮੇਂ 'ਤੇ ਪਹੁੰਚਾਉਂਦੇ ਰਹਾਂਗੇ। ਉਦੋਂ ਤੱਕ ਲਈ ਧੰਨਵਾਦ ਜੀ।